جنم مرن دوہ مہناہی جن پر اپکاری آئی جی دے پگتی لائن ہر سین ملائے تن 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 جن آیا جس پرساد سب جگت ترایا جن آن کا ہے سواؤ جن کے سنگ چتیانا آپ مکت مکت کرے سنسار نانک تس جن کو صدا نمسکار نانک تس جن کو صدا نمسکار جینا لین ملائے برہم گیانی ست جیو نہیں مرتا ब्रह्म ज्ञानी सत्जीव नहीं मरता ब्रह्म ज्ञानी सत्जीव नहीं मरता ब्रह्म ज्ञानी सत्जीव नहीं मरता 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 ब्रह्म ज्ञानी सत्जीव नहीं मरता ब्रह्म ज्ञानी सत्जीव नहीं मरता 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 ब्रह्म ज्ञानी सत्जीव नहीं मरता ब्रह्म ज्ञानी सत्जीव नहीं मरता ब्रह्म ज्ञानी सत्जीव नहीं मरता
हम ज्ञानी सत जीवे नहीं मरता सकल आकार
जीवन पे
سد جیو نہیں مرنا جیوت پہنے جنی ہر ہر تیارا جیوت پہنے جنی ہر ہر تیارا ساد سنگ تنی درشن ساتھ سنگ تنی درشن پایا
जिन की शोभा क्या गणी जिन हर हर नारा जिन की शोभा गणी जिन हर हर नारा सादा सरणी जो पवे सो छुटे पत्ता सादा सरणी जो पवे सो छुटे पत्ता सादा सरणी जो पवे सो छुटे पत्ता सादा सरणी जो पवे दिन की शोभा क्या गणी जिन हर हर लगता दिन की शोभा क्या ब्रह्म ज्ञानी सत जीवै नहीं मरता। जिन्ना ने महापुरखां दे बचन कमाए जिन्ना ने बाणी नूं मन्या पातशाह जी दी बाणी भी ए आखदी है सो सतगुर प्यारा मेरे नाल है जिथे किथे मैनू लए सडाई। बाणी भी आखदी है ते महापुरखां दे वचन भी यही आखदे ने। तन तन पूर्ण ब्रह्म ज्ञानी संत बाबा हजारा सिंह जी छोटे घुमणा वाले जिन्हां दी मिठी याद अंदर ਇਹ ਗੁਰਮਤਿ ਸਮਾਗਮ ਚੱਲ ਰਹੇ ਹਨ। ਮਹਾਂਪੁਰਖਾਂ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਜਿਹਨੇ ਕਮਾ ਲਿਆ ਉਹਦਾ ਪਾਰ ਉਤਾਰਾ ਹੋ ਜਾਂਦਾ, ਜਿਹਨੇ ਬਾਣੀ ਨੂੰ ਹਿਰਦੇ ਵਿੱਚ ਵਸਾ ਲਿਆ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਇੱਕ ਹੀ ਗੱਲ ਹੈ, ਬਚਨ ਮਹਾਂਪੁਰਖਾਂ ਦਾ ਮੰਨਣਾ ਵੀ ਬੜਾ ਔਖਾ ਹੈ,
ਤੇ ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਵੀ ਬੜਾ ਔਖਾ ਹੈ। ਕਿਸੇ ਕਵੀ ਦੇ ਬੋਲ ਨੇ ਕਿ ਸਿੱਖੀ ਸਿੱਧਕ ਨਿਭਾਉਣਾ ਬੜੀ ਔਖੀ ਗੱਲ ਹੈ। ਬਾਬਾ ਦੀਪ ਸਿੰਘ ਸ਼ਹੀਦ ਜਿਨ੍ਹਾਂ ਸੀ ਤਲੀ ਤੇ ਰੱਖਿਆ ਸੀਸ, ਸੀਸ ਤਲੀ ਤੇ ਟਿਕਾਉਣਾ ਕਿਹੜੀ ਸੌਖੀ ਗੱਲ ਹੈ, ਸਿੱਖੀ ਸਿੱਧਕ ਨਿਭਾਉਣਾ ਬੜੀ ਔਖੀ ਗੱਲ ਹੈ। ਜਿਨ੍ਹਾਂ ਨੇ ਮਹਾਂਪੁਰਖਾਂ ਦੇ ਬਚਨ ਮੰਨੇ, ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ। ਕੋਈ ਪਰਿਵਾਰ ਸੀ ਜਿਹਦੀ ਬੜੀ ਨਿਉਂ ਸੀ ਤਪਸਤਾਨ ਨਿੱਕੇ ਘੁੰਮਣ ਜਾਣਾ, ਬਾਬਾ ਜੀ ਦੇ ਦਰਸ਼ਨ ਕਰਨੇ, ਮਹਾਂਪੁਰਖਾਂ ਦੇ ਬਚਨ ਸੁਣਨੇ, ਬੜੀ ਉਹਨਾਂ ਦੀ ਲਿਵ ਲੱਗੀ ਹੈ। ਮਹਾਂਪੁਰਖਾਂ ਜਿੱਥੇ ਵੀ ਜਾਂਦੇ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੇ ਪਰਿਵਾਰ ਨੇ ਜਾਣਾ। ਉਸ ਪਰਿਵਾਰ ਦਾ ਇੱਕ ਲੜਕਾ ਹੈ, ਉਹ ਫੌਜ ਦੇ ਵਿੱਚ ਭਰਤੀ ਹੋ ਗਿਆ। ਸੰਗਤ ਜੀ ਉਹ ਫੌਜੀ ਹੈ, ਪੁਰਾਣੀ ਗੱਲ ਹੈ। ਉਹ ਫੌਜੀ ਹੈ ਤੇ ਇਕੱਲਾ ਇਕੱਲਾ ਉਹ ਪਰਿਵਾਰ ਦਾ ਲੜਕਾ ਹੈ, ਤੇ ਉਹ ਮਾਂ ਬਾਪ ਜਿਹੜੇ ਨੇ ਉਹ ਮਹਾਂਪੁਰਖਾਂ ਦੇ ਬਚਨ ਮੰਨਦੇ ਨੇ, ਹਿਰਦੇ 'ਚ ਵਸਾਉਂਦੇ ਨੇ, ਉਹਨਾਂ ਦੀ ਲਿਵ ਲੱਗੀ ਹੈ, ਬਾਣੀ ਨੂੰ ਵੀ ਵਸਾਉਂਦੇ ਨੇ ਤੇ ਮਹਾਂਪੁਰਖਾਂ ਦਾ ਬਚਨ ਵੀ ਮੰਨਦੇ ਨੇ। ਕਹਿੰਦੇ ਕੋਈ ਟਾਈਮ ਆਇਆ ਕਿ ਫੌਜ ਦੇ ਵਿੱਚ ਕਹਿੰਦੇ ਨੇ ਲੜਾਈ ਲੱਗਣ ਦਾ ਸਮਾਂ ਆ ਗਿਆ। ਜਿਵੇਂ ਸੰਨ 1971 ਦੀ 65 ਦੀ ਲੜਾਈ ਲੱਗੀ ਹੈ, ਤੇ ਪਰਿਵਾਰ ਦਾ ਬੜਾ ਪਿਆਰ ਹੈ ਮਹਾਂਪੁਰਖਾਂ ਦੇ ਨਾਲ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮਾਹੌਲ ਖਰਾਬ ਹੋਣ ਵਾਲਾ ਹੈ, ਭਾਵ ਜੰਗ ਲੱਗਣ ਵਾਲਾ ਹੈ, 19 ਤਰੀਕ ਨੂੰ ਜੰਗ ਲੱਗਣਾ ਹੈ, ਸ਼ੁਰੂ ਹੋਣਾ ਹੈ, ਬੱਚਾ ਸਾਡਾ ਫੌਜ ਦੇ ਵਿੱਚ ਹੈ, ਘਰਦਿਆਂ ਨੂੰ ਫਿਕਰ ਪੈ ਗਿਆ, ਟੈਨਸ਼ਨ ਪੈ ਗਈ ਕਿ ਹੁਣ ਪਤਾ ਨਹੀਂ ਕੀ ਬਣਨਾ ਹੈ। ਮਹਾਂਪੁਰਖਾਂ ਦੇ ਦਰਸ਼ਨ ਵੀ ਕਰਦੇ ਨੇ, ਉਧਰ ਸਮਾਂ ਨੇੜੇ ਆ ਰਿਹਾ ਹੈ ਕਿ ਜੰਗ ਦਾ ਐਲਾਨ ਕਰਨਾ ਹੈ। ਪਰਿਵਾਰ ਆ ਕੇ ਮਹਾਂਪੁਰਖਾਂ ਦੇ ਕੋਲ ਬੈਠ ਗਿਆ ਤੇ ਅਰਦਾਸ ਬੇਨਤੀ ਕੀਤੀ ਕਿ ਮਹਾਂਪੁਰਖੋ, ਬੱਚਾ ਸਾਡਾ ਫੌਜ ਦੇ ਵਿੱਚ ਹੈ, ਜੰਗ ਲੱਗਣ ਵਾਲਾ ਹੈ, ਹੁਣ ਆਪ ਹੀ ਮਿਹਰ ਕਰਕੇ ਹੱਥ ਰੱਖਿਓ, ਕਿਰਪਾ ਕਰਿਓ, ਤੱਤੀ ਵਾਹਣ ਤੱਤੀ ਵਾਹਣ ਲੱਗੇ ਬੱਚੇ ਦੇ ਸਿਰ ਤੇ, ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਿਓ। ਤੇ ਸੰਗਤ ਜੀ ਉਧਰ ਕੀ ਹੋਇਆ ਹੈ, ਕਹਿੰਦੇ ਜੰਗ ਦਾ ਐਲਾਨ ਦਾ ਜਿਹੜਾ ਉਹ ਹੁਕਮ ਹੋ ਗਿਆ ਕਿ ਜੰਗ ਜਾਰੀ ਹੋ ਗਿਆ, ਜੰਗ ਜਾਰੀ ਹੋਇਆ। ਤੇ ਉਸ ਫੌਜੀ ਜਵਾਨ ਦੇ ਨਾਲ ਜਿਹੜੇ ਹੋਰ ਇੱਕ ਦੋ ਮੋਰਚੇ ਦੇ ਵਿੱਚ ਸਨ, ਜਦੋਂ ਜੰਗ ਸ਼ੁਰੂ ਹੋਇਆ, ਗੋਲੀਆਂ ਵਰੀਆਂ ਨੇ, ਬੰਬ ਚੱਲੇ ਨੇ, ਤੇ ਨਾਲ ਦੇ ਉਹਦੇ ਇੱਕ ਨਾਲ ਦਾ ਹੋਰ ਜਿਹੜਾ ਨਾਲ ਫੌਜੀ ਹੈ, ਕਹਿੰਦੇ ਉਹਦੇ ਗੋਲੀ ਵੱਜ ਗਈ ਹੈ, ਉਹ ਸ਼ਹੀਦ ਹੋ ਗਿਆ ਹੈ ਲਾਗੇ ਨਾਲ ਦਾ। ਹੁਣ ਜਿਹਦਾ ਪਰਿਵਾਰ ਮਹਾਂਪੁਰਖਾਂ ਦੇ ਬਚਨ ਮੰਨਦਾ ਹੈ, ਦਰਸ਼ਨ ਕਰਦਾ ਹੈ, ਉਸ ਬੱਚੇ ਨੇ ਜਦੋਂ ਉਸ ਫੌਜੀ ਨੇ ਦੇਖਿਆ ਕਿ ਮੇਰੇ ਨਾਲ ਦਾ ਸਿੰਘ ਸ਼ਹੀਦ ਹੋ ਗਿਆ ਹੈ, ਤੇ ਥੋੜਾ ਹੌਸਲਾ ਉਹਦਾ ਨਾ ਟੁੱਟ ਗਿਆ, ਭਾਵ ਸੋਚਿਆ ਕਿ ਹੁਣ ਹੋ ਸਕਦਾ ਵਾਰੀ ਮੇਰੀ ਵੀ ਆ ਜਾਵੇ। ਤੇ ਸੰਗਤ ਜੀ ਉਹਨੇ ਜਦੋਂ ਆਪਣਾ ਹੌਸਲਾ, ਮਤਲਬ ਆਪਣਾ ਜਿਹੜਾ ਘੱਟ ਕੀਤਾ, ਜਿਹੜਾ ਮਤਲਬ ਉਹਦਾ ਦਲੇਰ ਗੁਣਾ ਜਿਹੜਾ ਉਹ ਖਤਮ ਹੋਣ ਜਾਣ ਲੱਗਾ ਸੀ, ਦਲੇਰੀ ਉਹਦੀ ਮੁੱਕਦੀ ਜਾ ਰਹੀ ਹੈ ਦੇਖ ਕੇ ਉਹਦੇ ਵੱਲ, ਉਧਰ ਜੰਗ ਲੱਗਾ ਹੈ, ਗੋਲੀਬਾਰੀ ਚੱਲ ਰਹੀ ਹੈ, ਬੰਬ ਚੱਲ ਰਹੇ ਨੇ, ਜਦੋਂ ਉਹਦਾ ਹੌਸਲਾ ਡਿੱਗਣ ਲੱਗਾ, ਭਾਵ ਉਹ ਘਬਰਾਉਣ ਲੱਗਾ ਉਹਦੇ ਵੱਲ ਦੇਖ ਕੇ, ਤੇ ਕਹਿੰਦੇ ਨੇ ਕੀ ਹੋਇਆ, ਇੱਕ ਬਜ਼ੁਰਗ ਉਹਨਾਂ ਗੋਲੀਆਂ ਦੇ ਵਿੱਚ, ਬੰਬਾਂ ਦੇ ਵਿੱਚ ਕਹਿੰਦੇ ਤੁਰ ਕੇ ਉਹਦੇ ਲਾਗੇ ਆਇਆ ਹੈ, ਉਸ ਫੌਜੀ ਵੀਰ ਦੇ ਲਾਗੇ, ਤੇ ਆ ਕੇ ਥਾਪੜਾ ਦਿੱਤਾ ਕਿ ਭਾਈ ਜਵਾਨਾ ਕੀ ਗੱਲ ਹੈ, ਕਿ ਦਿਲ ਕਿਉਂ ਸੱਡੀ ਜਾਂਦਾ, ਕਿਉਂ ਘਬਰਾਈ ਜਾਂਦਾ ਹੈ, ਹੌਸਲਾ ਰੱਖ, ਉਹ ਅਕਾਲ ਪੁਰਖ ਤੇਰੇ ਨਾਲ ਹੀ। ਕਹਿੰਦੇ ਉਸ ਫੌਜੀ ਜਵਾਨ ਨੇ ਜਦੋਂ ਇਹ ਦੇਖਿਆ ਕਿ ਇੰਨੀਆਂ ਗੋਲੀਆਂ ਦੇ ਵਿੱਚੋਂ ਬਜ਼ੁਰਗ ਤੁਰਿਆ ਆਇਆ ਹੈ, ਇੰਨੇ ਬੰਬ ਚੱਲ ਰਹੇ ਨੇ, ਇੰਨੀਆਂ ਗੋਲੀਆਂ ਚੱਲ ਰਹੀਆਂ ਨੇ, ਇਹ ਜ਼ਰੂਰ ਕੋਈ ਰੱਬੀ ਰੂਪ ਹੈ ਜਿਹੜਾ ਇੰਨੀ ਗੋਲੀਆਂ ਦੇ ਵਿੱਚੋਂ ਚੱਲ ਕੇ ਮੈਨੂੰ ਥਾਪੜਾ ਦੇਣ ਆਇਆ ਹੈ, ਕਿ ਭਾਈ ਜਵਾਨਾ ਕਿਉਂ ਹੌਸਲਾ ਹਾਰਦਾ ਹੈ। ਕਹਿੰਦੇ ਉਹਨੇ ਮਨ ਦੇ ਵਿੱਚ ਫਿਰ ਦਲੇਰੀ ਆ ਗਈ
ਉਹਨੇ ਆਪਣਾ ਹੌਸਲਾ ਨਹੀਂ ਹਾਰਿਆ ਫਿਰ ਉਹਨੂੰ ਮਤਲਬ ਥਾਪਰਾ ਮਿਲ ਗਿਆ ਮਹਾਂਪੁਰਖਾਂ ਦਾ ਕਹਿੰਦੇ ਜੰਗ ਜਦੋਂ ਜਿੱਤੀ ਗਈ ਹੈ ਜੰਗ ਤਾਂ ਜਦੋਂ ਖਤਮ ਹੋਈ ਹੈ ਤੇ ਉਹ ਜਵਾਨ ਜਦੋਂ ਆਪਣੇ ਘਰ ਆਇਆ ਹੈ ਤੇ ਉਹਨਾਂ ਦੇ ਮਾਂ ਪਿਓ ਨੇ ਆਖਿਆ ਕਿ ਚੱਲ ਗੁਰੂ ਨੇ ਕਿਰਪਾ ਕੀਤੀ ਹੈ ਤੂੰ ਸਹੀ ਸਲਾਮਤ ਘਰ ਆਇਆ ਹੈ ਬੜੀਆਂ ਸੁਖਣਾ ਸੁਖੀਆਂ ਸੀ ਚੱਲ ਜਿਸ ਮਹਾਂਪੁਰਖਾਂ ਨੇ ਤੇਰੇ ਉੱਤੇ ਕਿਰਪਾ ਕੀਤੀ ਹੈ ਚੱਲ ਪਹਿਲਾਂ ਉਹਨਾਂ ਦੇ ਦਰਸ਼ਨ ਕਰਕੇ ਆਈਏ ਫੌਜੀ ਵੀਰ ਨੂੰ ਕਹਿੰਦੇ ਨਾਲ ਲਿਆ ਪਰਿਵਾਰ ਨੂੰ ਕਹਿੰਦੇ ਜਦੋਂ ਘੁੰਮਣੀ ਦੱਸਦੇ ਨੇ ਕਿ ਉਦੋਂ ਨਿੱਕਾ ਕੋਠਾ ਬਣਿਆ ਹੁੰਦਾ ਸੀ ਕੱਚਾ ਕੋਠਾ ਹੁੰਦਾ ਸੀ ਬਾਬਾ ਜੀ ਬੈਠੇ ਨੇ ਸੰਗਤਾਂ ਵੀ ਬੈਠੀਆਂ ਨੇ ਜਦੋਂ ਗਏ ਨੇ ਫੌਜੀ ਵੀਰ ਨੇ ਜਦੋਂ ਜਾ ਕੇ ਮੱਥਾ ਟੇਕਿਆ ਭਾਵ ਨਮਸਕਾਰ ਕੀਤੀ ਹੈ ਤੇ ਜਦੋਂ ਬਹਿਣ ਲੱਗਾ ਤੇ ਉਹਨੇ ਦੇਖਿਆ ਆਪਣੇ ਮਾਂ ਬਾਪ ਨੂੰ ਵੱਲ ਦੇਖਿਆ ਤੇ ਮਹਾਂਪੁਰਖਾਂ ਵੱਲ ਦੇਖਿਆ ਕਹਿੰਦੇ ਉਹ ਫੌਜੀ ਵੀਰ ਹੈਰਾਨ ਹੋ ਗਿਆ ਕਹਿੰਦੇ ਹੈਰਾਨਗੀ ਦੀ ਹੱਦ ਨਾ ਰਹੀ ਆਪਣੇ ਮਾਂ ਬਾਪ ਨੂੰ ਆਖਣ ਲੱਗਾ ਕਿ ਪਿਤਾ ਜੀ ਇਹੋ ਬਜ਼ੁਰਗ ਤੇ ਉੱਥੇ ਜੰਗ ਵਿੱਚ ਮੈਨੂੰ ਆਣ ਕੇ ਥਾਪੜਾ ਦੇਣ ਆਏ ਸੀ ਕਿ ਜਵਾਨਾ ਹੌਸਲਾ ਨਾ ਤੇ ਹੁਣ ਇਹੀ ਬਜ਼ੁਰਗ ਮਹਾਂਪੁਰਖ ਉਦੋਂ ਫਿਰ ਸਾਰੇ ਪਰਿਵਾਰ ਨੇ ਨਮਸਕਾਰ ਕੀਤੀ ਕਿ ਸਾਡੀ ਜਿਹੜੀ ਅਰਦਾਸ ਬੇਨਤੀ ਹੈ ਨਾ ਉਹ ਮਹਾਂਪੁਰਖਾਂ ਨੇ ਕਬੂਲ ਕੀਤੀ ਹੈ ਤੇ ਬੱਚੇ ਦੇ ਬੱਚੇ ਨੂੰ ਥਾਪਰਾ ਦਿੱਤਾ ਹੈ ਮਹਾਂਪੁਰਖਾਂ ਦੇ ਏਦਾਂ ਦੇ ਬੜੇ ਅਨੇਕਾਂ ਜਿਹੜੇ ਚੋਜ ਬਚਣ ਨੇ ਜਿਹੜੇ ਹੈਰਾਨ ਕਰਨ ਵਾਲੇ ਸਨ ਸੋ ਆਪ ਜੀਆਂ ਨੇ ਸ਼ਬਦ ਵੀ ਸਰਵਣ ਕੀਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖਲੇ ਸਭੇ ਭੱਜ ਆਸਰਾ ਚੂਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲਾਗੇ ਨਾ ਤਾਤੀ ਵਾਹ ਜਦੋਂ ਫਿਰ ਉਹ ਪਾਤਸ਼ਾਹ ਨੂੰ ਯਾਦ ਕੀਤਾ ਮਹਾਂਪੁਰਖਾਂ ਨੇ ਕਿਰਪਾ ਕੀਤੀ ਉਹਨਾਂ ਨੇ ਥਾਪੜਾ ਦਿੱਤਾ ਤੇ ਉਹ ਫਿਰ ਪਰਿਵਾਰ ਦੀ ਸਰਦਾ ਹੋਰ ਵੱਧ ਗਈ ਆਓ ਅਗਲੇ ਸ਼ਬਦ ਸਾਂਝ ਪਾਈਏ ਮਹਿਮਾ ਸਾਧੂ ਸੰਗ ਕੀ ਸੁਨਹਾ ਮੇਰੇ ਨੀਤਾ ਮਹਿਮਾ ਸਾਧੂ ਸੰਗ ਕੀ ਸੁਨਹਾ Yeah.
ਅੰਦਲੇ ਤ੍ਰਿਪਾਣ ਸੂਚਿਆ ترجمة
कमान कवन तेरे कवन कवन गुण कह कह गावा तू साहिब साहिब गुणी निदाना तू साहिब गुणी निदाना तुमरी महिमा वर्णन ना सको तू ठाकुर ऊच भगवाना साधु संग की सुनो मेरे मीता बाणी वे सानू उपदेश देंदी है पाव बाणी दी महिमा भी कही नहीं जा सकती ते महापुरखां दे बचन महापुरखां दी महिमा उन्हां दी भी कही नहीं जा सकती ऐनी उन्हां दी महिमा है कहिंदे एक वारी महापुरख ਤੁਰੇ ਜਾ ਰਹੇ ਨਾਲ ਉਹਨਾਂ ਦੇ ਹੋਰ ਵੀ ਪਿਆਰੇ ਸਿੰਘ ਨੇ ਹੋਰ ਵੀ ਗੁਰੂ ਦੇ ਪਿਆਰੇ ਨਾਲ ਤੁਰੇ ਜਾ ਰਹੇ ਨੇ ਕਹਿੰਦੇ ਕਿਤੇ ਜਾਣਾ ਸੀ ਮਹਾਂਪੁਰਖਾਂ ਨੇ ਟ੍ਰੇਨ ਦੀ ਪਟੜੀ ਦੇ ਵਿੱਚ ਜਾ ਰਹੇ ਨੇ ਭਾਵ ਟ੍ਰੇਨ ਫੜਨੀ ਹੈ ਤੇ ਬੜੀ ਦੂਰ ਹੈ ਟ੍ਰੇਨ ਸਟੇਸ਼ਨ ਦੇ ਉੱਪਰ ਖੜੀ ਹੈ ਤੇ ਮਹਾਂਪੁਰਖ ਦੇ ਨਾਲ ਉਹਨਾਂ ਦੇ ਹੋਰ ਵੀ ਪਿਆਰੇ ਜਾ ਰਹੇ ਨੇ ਟ੍ਰੇਨ ਦੂਰੋਂ ਦਿਖ ਰਹੀ ਹੈ ਅੱਖ ਲੱਗੇ ਬਾਬਾ ਜੀ थोड़ा सेती तुरिए ट्रेन स्टेशन के उपर खड़ी है चल ना पे महापुरख कहते सहज अवस्था चलो चलो कहते ने हौली हौली संगत भी गई ने महापुरख भी गए ने ट्रेन स्टेशन के उपर खड़ी है कहते ने जाके जदो आराम दे नाल गए ने ते ओ गुरु दे प्यारे जेरे नाल सिंह ने ओ भी ट्रेन दे विच बह गए ने ट्रेन उतो तुरी नहीं पाव ट्रेन ही खराब हो गई ट्रेन नहीं चली जिन्ना चिर महापुरख नहीं उत्ते बैठे ते जदों ओ गुरु दे प्यारे नाल जेरे सिंह ओ भी बैठ गए जदों महापुरख भी बैठ गए कहिंदे कि ट्रेन क्यों नहीं चलदी भई कहिंदे तुरी पता नहीं कोई खराबी पै गई पता नहीं एकदम चल नहीं रही ਕਹਿੰਦੇ ਜਦੋਂ ਮਹਾਂਪੁਰਖ ਠੀਕ ਤਰ੍ਹਾਂ ਬੈਠ ਗਏ ਨੇ ਤੇ ਮਹਾਂਪੁਰਖਾਂ ਨੇ ਟ੍ਰੇਨ ਨੂੰ ਡੰਡਾ ਮਾਰਿਆ ਚੱਲ ਪਈ ਹੁਣ ਤੇ ਕਹਿੰਦੇ ਟ੍ਰੇਨ ਚੱਲ ਪਈ ਬੋਲੇ
ਮਹਾਂਪੁਰਖਾਂ ਦੇ ਬਚਨ ਜਿਹੜੇ ਹੈਰਾਨ ਕਰਨ ਵਾਲੇ ਆਪ ਜੀਆਂ ਨੇ ਸ਼ਬਦ ਵੀ ਸਰਵਣ ਕੀਤਾ ਹੈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਉਹਨਾਂ ਦੀਆਂ ਮਹਿਮਾ ਵੀ ਜਿਹੜੀਆਂ ਨੇ ਅਨੇਕ ਹੀ ਮਹਿਮਾ ਅਨੇਕ ਹੀ ਉਹਨਾਂ ਦੇ ਬਚਨ ਨੇ ਜੇ ਉਹਨਾਂ ਦੇ ਬਚਨ ਸੁਣਾਉਣ ਲੱਗੇ ਸਮਾਂ ਹੁਣ ਸੀਮਤ ਨਹੀਂ ਹੈ ਇਸ ਵਾਸਤੇ ਗੁਰੂ ਕਿਰਪਾ ਕਰੇ ਫਿਰ ਕਿਤੇ ਬਾਬਾ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਾਡੇ ਕੋਲੋਂ ਗੁਰੂ ਸਾਹਿਬ ਸੇਵਾਵਾਂ ਲੈਣ ਆਓ ਹੁਣ ਜੋ ਪ੍ਰਬੰਧਕਾਂ ਦਾ ਹੁਕਮ ਹੈ ਸਮਾਂ ਹੋ ਗਿਆ ਹੈ ਸ਼ਬਦ ਦੀ ਇੱਕ ਸ਼ਬਦ ਦੀ ਹਾਜ਼ਰੀ ਹੈ ਇੱਕ ਸ਼ਬਦ ਦੀ ਹੋਰ ਹਾਜ਼ਰੀ ਪ੍ਰਬੰਧਕਾਂ ਵੱਲੋਂ ਆਓ ਇੱਕ ਸ਼ਬਦ ਦੀ ਹਾਜ਼ਰੀ ਪੜਨ ਦਾ ਹੁਕਮ ਹੋਇਆ ਜੀ ਆਵੇ ਸਾਹਿਬ ਚੇਤੇ ਤੇਰਿਆਂ ਭਗਤਾਂ ਡਿਟਿਆ ਆਵੇ ਸਾਹਿਬ ਚੇਤੇ ਤੇਰਿਆਂ ਭਗਤਾਂ ਡਿਟਿਆ ਆਵੇ ਸਾਹਿਬ ਚੇਤੇ ਤੇਰਿਆਂ ਭਗਤਾਂ ਡਿਟਿਆ ਮਹਿਤਾਵਾਂ ਬੱਚੀਆਂ ਸਾਡੇ ਵੀਰ ਸਾਡੇ ਪਿਤਾ ਸਮਾਨ ਬਜ਼ੁਰਗ ਬੈਠੇ ਨੇ ਕੋਈ ਵੀ ਰਸਨਾ ਵਾਂਝੀ ਨਾ ਰਹੇ ਕਿਉਂਕਿ ਅੱਜ ਜੋ ਆਪ ਜੀ ਮਹਾਂਪੁਰਖਾਂ ਦੀ ਮਿੱਠੀ ਯਾਦ ਅੰਦਰ ਜੁਰ ਬੈਠੇ ਹੋ ਮਹਾਂਪੁਰਖ ਸਾਡੇ ਉੱਤੇ ਕਿਰਪਾ ਕਰ ਦੇਣ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੀਆਂ ਸੰਗਤਾਂ ਅੱਗੇ ਅੱਗੇ ਭਾਈ ਸਾਹਿਬ ਦੇ ਜਥਾ ਜੋ ਕੀਰਤਨ ਕਰੇਗਾ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਬੋਲਣ ਦਾ ਜ਼ਰੂਰ ਖੇਚਲਾ ਕਰੋ ਇਹ ਸਾਡੀ ਹੱਥ ਜੋੜ ਕੇ ਬੇਨਤੀ ਉੱਚੀ ਆਵਾਜ਼ ਵਿੱਚ ਆਓ ਆਨੰਦ ਬਣਾਈਏ ਇਹ ਜਿੰਨੀ ਵੀ ਸੰਗਤ ਬੈਠੀ ਹੈ ਨਾ ਇਹ ਸੰਗਤ ਦੀ ਵੀ ਸੋਭਾ ਹੁੰਦੀ ਹਰ ਥਰ ਕਿਉਂ ਜੇ ਕੋਈ ਇੱਥੇ ਰਾਗੀ ਆਉਂਦਾ ਹੈ ਕਥਾਵਾਚਕ ਆਉਂਦਾ ਹੈ ਇਹ ਸਾਰੀ ਸੰਗਤ ਬਾਣੀ ਜਾਣਦੀ ਹੈ ਇਹ ਸਭ ਜਾਣਦੀ ਹੈ ਤੇ ਇਸ ਵਾਸਤੇ ਬੋਲਣ ਦੀ ਅਸੀਂ ਜਿਹੜੀ ਆ ਉਹ ਸੰਕੋਚ ਉੱਚੀ ਆਵਾਜ਼ ਵਿੱਚ ਬੋਲੀਏ ਆਪ ਸਾਰੇ ਬਾਣੀ ਜਾਣਦੇ ਹੋ ਅੱਗੇ ਅੱਗੇ ਜਥਾ ਤੇ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਆਓ ਪੰਜ ਦਸ ਮਿੰਟ ਬਾਅਦ ਜਿੰਨਾ ਚਿਰ ਹੁਕਮ ਹੋਇਆ ਉੱਚੀ ਆਵਾਜ਼ ਵਿੱਚ ਸਾਰੀਆਂ ਸੰਗਤਾਂ ਬੋਲੋ ਜੀ ਸਾਧ ਸੰਗ ਉੱਠਿਆ
بندن کھولن سنتا دوت سب جاہے شاپا بندن کھولن سنتا دوت سب جاہے شاپا بندن کھولن سنتا دوت مان کی گٹی ہے ساتھ سنگ اٹھنا Yeah.
ڈاکٹر سیو سنگھ جی ماں پرکھ جڑی آپ جی آنو گل دسی بچن سنایا دسیا کہ جی میں جدو ماں پرکھ ٹرین دے وچ بیٹھ کے تے ٹرین نو ڈنڈا ماریا تے ٹرین تر پئی ایک وار بٹالے دے لاگے کیرتن سی داس بچپن تو ہی جاندا رہا ماں پرکھاں نے کرپا کیتی ہے تبلا وجاؤں دا لالچ ہوندا سی کہ جا کے تبلا وجاؤنا اودے لالچ دا کر کے جاندے رہے گرو نے مہر کیتی بٹالے کیرتن تے کہندے بس خراب ہو گئی تے بعد وچ او بس اوتھے مکینک دے کول لا دتی دو تین دن بس اوتھے رہی پاو ٹھیک ہون کر کے اوتھے بس لگی رہی جس بس دے وچ رجانا سنت جاندی سی مہاپرکھ جاندے نے جیڑی بس ہوں پٹھا کنونی تے لگی ہے تے سنگت جی بس وہ مکینکاں دے کول لگی رہی ہے جدوں بس ٹھیک ہوئی سنیہا ملیا جی بس ٹھیک ہو گئی دوواں تین دن بعد تے اوتھر پھر بٹالے والے کوئی کیرتن سی ایتھوں سنگتاں نوں آن کے لے گئے کہ بس تک اوتھے جا کے پھر بس دے وچ بیٹھ جاواں گے جیویں ٹرک لے لیا جاں کوئی ہور سادھن لے لیا کہ اوتھے جا کے بس لے کے تے پھر گاری کیرتن تے جانی ہے سنگت جدوں بابا جی ماں پرکھ تے سنگت بس دے وچ بیٹھے نے تے باپو جی جڑے سدھواں والے سن انہاں نے چابی لائی بس نوں مکینک کہندا کہ بس ٹھیک ہو گئی ہے ہن تسی لے جاؤ جدوں چابی لائی دو واری سٹارٹ کیتی نہیں ہوئی پھر چابی دی سب ماری سٹارٹ کیتی نہیں ہوئی ماں پرکھاں نے آکھیا کہ کی گل ہے سٹارٹ کیوں نہیں ہوندی مینوں لگدا تینوں ایتھے مکینکاں نے گندے گانے سنائے اے بتنے ماں پرکھاں دا کہندے کہ ایتھے گندے گانے سنے آ تاں کر کے سٹارٹ نہیں ہوندا چل ہن جدوں پھر سب ماری تے بس سٹارٹ ہو گئی اسے والے تے بابا جی آندے ہن بس خوش ہو گئی ہے بولے سونہار تے سنگت جی پھر اتھوں بس لے کے گئے اے ماں پرکھاں دے کوتک انہاں دے چوج اوہی جاندے نے جڑے ماں پرکھاں دی رمج نوں پہچاندے نے گرو کرپا کرے آئیاں ہوئیاں سنگتاں دی گرو صاحب جی حاضری در پروان کرن آؤ ہن سلوک دا سلوک پڑھ کے اس تو بعد سماپتی ہے مہاراج دے سوکھا سنون گے کرا پرساد لے کے ساریاں سنگتاں نے گرو کے لنگر سک کے جان دی کرپالتا کرنی جی آؤ سلوک پڑھیے جی رل کے پاوڑ گرو پانی پتا ماتا ترت ماتا دیوس رات رائی دا پہلا سرسر جگتا چلی آیا بریا آیا باچا تم دور برمی آپ پاپڑی کینے رہ کے دور انی نام آیا گئے سکت پا آر دے مگجرے واہگرو جی کا خالصہ واہگرو جی کی فتح